ਪਹਿਲੀ ਗੱਲ ਤਾਂ ਮੇਰੀ ਮਾਤਾ ਨੂੰ 17 ਸਾਲ ਹੋ ਗਏ ਗਈ। ਪਹਿਲਾਂ ਤਾਂ ਉਹਨੂੰ ਸੋਚਣਾ ਚਾਹੀਦਾ, ਜੋ ਛੋਟੇ ਛੋਟਿਆਂ ਨੂੰ ਛੱਡ ਗਈ ਹੁਣ ਉਹਦਾ ਹੱਕ ਹੀ ਨਹੀਂ ਬਣਦਾ ਸਾਡੇ 'ਚ ਆਉਣ ਦਾ। ਮੈਨੂੰ ਤਾਂ ਉਹਨੇ ਦੇਖਿਆ ਹੀ ਨਹੀਂ, ਪਾਲਿਆ ਹੀ ਨਹੀਂ, ਹੁਣ ਉਹ ਐਂ ਕਹਿੰਦੀ ਆ ਵੀ ਮੇਰੇ ਜਵਾਕ ਆ। ਉਦੋਂ ਉਹਨੂੰ ਦਿਖੇ ਨਹੀਂ ਵੀ ਅਸੀਂ ਜਵਾਕ ਆ ਉਹਦੇ, ਜੋ ਛੱਡ ਕੇ ਗਈ ਆ ਤਾਂ ਕੁਛ ਕਹਿ ਲੇ ਉਹ। ਉਦੋਂ ਸੋਚਣਾ ਚਾਹੀਦਾ ਸੀ ਜਦੋਂ ਛੱਡ ਕੇ ਗਈ। 2 ਸਾਲ ਦਾ ਮੁੰਡਾ ਸੀ ਉਦੋਂ, 17 ਸਾਲ ਹੋ ਗਏ ਜੀ ਉਹਦਾ ਤਲਾਕ ਹੋਏ ਨੂੰ, ਸਾਡੇ ਨਾਲ ਉਹਦਾ ਕੋਈ ਲਾਗਾ ਦੇਗਾ ਨਹੀਂ। ਭੋਰਾ ਭੋਰਾ ਬੱਚੇ ਛੱਡ ਕੇ ਗਈ ਵੀ ਆ, ਵਿਆਹ ਕਰਾਈ ਬੈਠੀ ਹੈ, ਜਵਾਕ ਜੰਮੀ ਬੈਠੀ ਹੈ। ਨਹੀਂ ਤਾਂ ਝੂਠ ਹੈ, 17 ਸਾਲ ਹੀ ਹੋਏ। ਕਦੇ ਤੁਹਾਨੂੰ ਮਿਲੀ ਆ? ਨਾ ਜੀ, ਮੁੜ ਕੇ ਆਈ ਨਹੀਂ। ਪਹਿਲੀ ਗੱਲ ਤਾਂ ਮੇਰੀ ਮਾਤਾ ਨੂੰ 17 ਸਾਲ ਹੋ ਗਏ ਗਈ। ਪਹਿਲਾਂ ਤਾਂ ਉਹਨੂੰ ਸੋਚਣਾ ਚਾਹੀਦਾ, ਜੋ ਛੋਟੇ ਛੋਟਿਆਂ ਨੂੰ ਛੱਡ ਗਈ ਹੁਣ ਉਹਦਾ ਹੱਕ ਹੀ ਨਹੀਂ ਬਣਦਾ ਸਾਡੇ 'ਚ ਆਉਣ ਦਾ। ਜਿਸ ਤਰ੍ਹਾਂ ਉਹ ਦਾਵਾ ਕਰੀਏ ਕਿ ਸ਼ੁਕਰਨ ਦਾ ਸੰਸਕਾਰ ਹੋਣਾ ਚਾਹੀਦਾ, ਸਾਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈ, ਉਹਦੀ ਮਿੱਟੀ ਨਾ ਰੋਲੀ ਜਾਵੇ। ਇਸ ਤਰ੍ਹਾਂ ਅਸੀਂ ਨਹੀਂ ਮੰਨਦੇ, ਹਲੇ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹਨੂੰ ਇਨਸਾਫ਼ ਨਹੀਂ ਮਿਲਦਾ। ਅੱਛਾ, ਉਹ ਕਹਿ ਰਹੇ ਵੀ ਪਰਿਵਾਰ ਤਾਂ ਗਏ ਵੀ ਕੁੜੀ ਦੇ ਮਾਰਦੇ ਸੀ, ਆ ਹੋਰ ਕੋਈ ਗੱਲਬਾਤ ਸੀ? ਹੁਣ ਤਾਂ ਕੁਛ ਕਹਿ ਲੇ ਉਹ। ਉਦੋਂ ਸੋਚਣਾ ਚਾਹੀਦਾ ਸੀ ਜਦੋਂ ਛੱਡ ਕੇ ਗਈ। 2 ਸਾਲ ਦਾ ਮੁੰਡਾ ਸੀ ਉਦੋਂ, ਮੈਨੂੰ ਤਾਂ ਉਹਨੇ ਦੇਖਿਆ ਹੀ ਨਹੀਂ, ਪਾਲਿਆ ਹੀ ਨਹੀਂ, ਹੁਣ ਉਹ ਐਂ ਕਹਿੰਦੀ ਆ ਵੀ ਮੇਰੇ ਜਵਾਕ ਆ। ਉਦੋਂ ਉਹਨੂੰ ਦਿਖੇ ਨਹੀਂ ਵੀ ਅਸੀਂ ਜਵਾਕ ਆ ਉਹਦੇ, ਜੋ ਛੱਡ ਕੇ ਗਈ ਆ। ਮੇਰੀ ਉਹਦੇ ਨਾਲ ਕਦੇ ਕੋਈ ਗੱਲ ਨਹੀਂ ਹੋਈ। ਸ਼ੁਕਰਨ ਦੀ ਫੋਨ ਤੇ ਗੱਲ ਹੁੰਦੀ ਰਹਿੰਦੀ ਸੀ? ਨਹੀਂ ਹੁੰਦੀ ਸੀ, ਨਹੀਂ ਹੁੰਦੀ ਸੀ। ਗੱਲ ਵੀ ਹੋਈ ਹੈ ਅਤੁਲਨ ਦੇ ਜਾਣ ਤੋਂ ਪਹਿਲਾਂ, 2 ਦਿਨ ਪਹਿਲਾਂ ਵੀ ਮੌਤ ਹੋਣ ਤੋਂ ਪਹਿਲਾਂ ਉਹਨੇ ਫੋਨ ਕਰਿਆ ਸ਼ੁਕਰਨ ਨੇ ਕਿ ਅਸੀਂ ਅੰਦੋਲਨ ਵਿੱਚ ਆ। ਕੀ ਕਹਿਣਾ ਚਾਹੋਗੇ ਤੁਸੀਂ? ਤਾਂ 17 ਸਾਲ ਹੋ ਗਏ ਜੀ ਉਹਦਾ ਤਲਾਕ ਹੋਏ ਨੂੰ, ਸਾਡੇ ਨਾਲ ਉਹਦਾ ਕੋਈ ਲਾਗਾ ਦੇਗਾ ਨਹੀਂ। ਭੋਰਾ ਭੋਰਾ ਬੱਚੇ ਛੱਡ ਕੇ ਗਈ ਵੀ ਆ, ਵਿਆਹ ਕਰਾਈ ਬੈਠੀ ਹੈ, ਜਵਾਕ ਜੰਮੀ ਬੈਠੀ ਹੈ। ਜਿਸ ਤਰ੍ਹਾਂ ਉਹਦਾ ਦਾਅਵਾ ਹੈ ਕਿ ਵੀ ਸਾਨੂੰ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ, ਸਰਕਾਰ ਜਿਸ ਤਰ੍ਹਾਂ ਦੀ ਮੰਗਾਂ ਰੱਖ ਰਹੇ ਨੇ, ਉਹ ਕਿਸਾਨ ਜਥੇਬੰਦੀਆਂ ਤੇ ਵੀ ਉਹਨੇ ਕਿਹਾ ਵੀ ਐਵੇਂ ਰੱਖੀ ਜਾਂਦੇ ਨੇ ਮੰਗਾਂ। ਅਸੀਂ ਤਾਂ ਇਹਨਾਂ ਦੇ ਨਾਲ ਹੀ ਹਾਂ ਜੀ, ਜਥੇਬੰਦੀਆਂ ਦੇ। ਇਹ ਜੋ ਕੁਛ ਕਰਨਗੇ ਇਹੀ ਕਰਨਗੇ, ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ, ਕੁਛ ਕਹੀ ਜਾਂਦੀ ਆ ਉਹ। ਕਿਉਂਕਿ ਉਹ ਕਹਿ ਰਹੇ ਨਾ ਮੇਰੇ ਬੜੇ ਪੁੱਤ ਦੇ ਪੈਸੇ ਦੀ ਮੰਗ ਕਰ। ਉਹ ਤਾਂ ਜੀ ਬਹੁਤ ਕੁਛ ਕਰੂਗੀ ਹੁਣ, ਕੰਮ ਜਾਰੀ ਕਰਤਾ, ਖਾਤਾ ਖੋਲਿਆ, ਉਹ ਤਾਂ ਬਹੁਤ ਕੁਛ ਕਰੂਗੀ ਜੀ। ਪਰਿਵਾਰ ਵਾਲਿਆਂ ਤੇ ਵੀ ਉਹਨੇ ਆਰੋਪ ਲਗਾਏ ਨੇ ਕਿ ਉਹਨਾਂ ਨੇ ਅਕਾਊਂਟ ਜਾਰੀ ਕਰਤੇ ਪੈਸੇ ਲੈਣ ਤੇ, ਮਾਰਾ ਨੇ ਕਿਹਾ ਤੇ ਮਿੱਟੀ ਨਾ ਖਰਾਬ ਕਰੀ ਜਾਵੇ। ਹੁਣ ਤੁਸੀਂ ਕੀ ਕਹਿਣਾ ਚਾਹੋਗੇ ਸਾਫ਼ ਤੌਰ ਤੇ? ਅਸੀਂ ਤਾਂ ਜੀ ਇਹਨਾਂ ਦੇ ਮੰਗ ਰਾਂਗੇ ਜਥੇਬੰਦੀ ਦੇ, ਜਿਵੇਂ ਕਰਨਗੇ ਉਵੇਂ ਹੋਊਗਾ, ਜਿਵੇਂ ਜਦੋਂ ਇਹ ਸੰਸਕਾਰ ਨੂੰ ਕਹਿਣਗੇ ਉਦੋਂ ਹੀ ਸੰਸਕਾਰ ਹੋਊਗਾ। ਉਹਨੂੰ ਅਸੀਂ ਕਹੀਓ ਮਾਂ ਬਣੀ ਨੀ, ਮਾਂ ਬਣੀ ਨੀ ਜਦੋਂ ਹੁਣ ਉਹਨੇ ਤਲਾਕ ਉਹਦੇ ਨਾਲ ਹੋਇਆ ਵਾ, 17 ਸਾਲ ਹੋ ਗਏ, ਤੇ ਬਾਕੀ ਉਦੇ ਉਹਨੂੰ ਦਿਸੇ ਨੀ ਇਹ ਬੱਚੇ ਭੋਰਾ ਭੋਰਾ। ਆਹ ਤਾਂ ਕੁੜੀ ਰੂੜੀ ਫਿਰਦੀ ਸੀ, 1 ਸਾਲ ਦੀ ਸੀ, ਮੁੰਡਾ 2 ਸਾਲ ਦਾ ਸੀ। ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ, ਨਸ਼ਾ ਛੁਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼, 9888370000। ਬਿਨਾਂ ਤੋੜ ਤਕਲੀਫ ਤੋਂ, ਬਿਨਾਂ ਦਾਖਲ ਹੋਏ, ਬਿਨਾਂ ਕੰਮ ਛੱਡੇ, ਹਰ ਤਰ੍ਹਾਂ ਦਾ ਨਸ਼ਾ ਛੱਡੋ। ਸ਼ਰਾਬ, ਹੈਰੋਇਨ, ਸਮੈਕ, ਅਫੀਮ, ਗਾਂਜਾ, ਚਿੱਟਾ, ਭੁੱਕੀ, ਟੀਕੇ, ਗੋਲੀਆਂ, ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ। ਸਾਡੀ ਦਵਾਈ 100% ਆਯੁਰਵੈਦਿਕ ਹੈ, ਇਸ ਦਾ ਕੋਈ ਸਾਈਡ ਇਫੈਕਟ ਨਹੀਂ। ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ। ਪਤਾ ਲੋਮਿਸ਼ ਰਿਸ਼ੀ ਹਰਬਲ ਟ੍ਰੀਟਮੈਂਟ, ਪਟਿਆਲਾ ਰੋਡ, ਚੰਨੋ, ਸੰਗਰੂਰ, 98838।